ਤੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਘੰਟੀ ਵਾਲੇ ਬਟਨ ਤੇ ਵੀ ਕਲਿੱਕ ਕਰ ਦੇਣਾ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਜੇ ਰੋ ਚੁੱਕੇ ਹਾਂ ਅੱਜ ਆਪਾਂ ਗੱਲ ਕਰਾਂਗੇ ਅੱਜ ਦੇ ਕਬੱਡੀ ਕੱਪਾਂ ਬਾਰੇ ਟੀਮਾਂ ਤੇ ਪਲੇਅਰਾਂ ਬਾਰੇ ਵੀ ਦੱਸਾਂਗੇ ਐਂਡ ਦੇ ਵਿੱਚ ਇਸ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਤੁਸੀਂ ਵੀਡੀਓ ਨੂੰ ਲਾਈਕ ਨਹੀਂ ਕੀਤਾ ਯਾਰ ਲਾਈਕ ਕਰ ਦਿਓ ਕਰ ਦਿਓ ਯਾਰ ਹਜੇ ਵੀ ਨਹੀਂ ਕੀਤਾ ਜਾਓ ਪਹਿਲਾਂ ਲਾਈਕ ਕਰਕੇ ਆਓ ਫਿਰ ਸਬਸਕ੍ਰਾਈਬ ਵਾਲਾ ਬਟਨ ਵੀ ਆ ਜਾਊਗਾ ਸਬਸਕ੍ਰਾਈਬ ਵੀ ਕਰ ਦਿਓ ਜੇਕਰ ਕੋਈ ਨਵਾਂ ਦਰਸ਼ਕ ਦੇਖ ਰਿਹਾ ਹੈ ਤਾਂ ਜਰੂਰ ਕਰ ਲਿਓ ਕਿਉਂਕਿ ਤੁਸੀਂ ਆਉਣ ਵਾਲੀਆਂ ਵੀਡੀਓ ਇਸੇ ਤਰ੍ਹਾਂ ਦੀਆਂ ਮਿਸ ਕਰੋਗੇ ਤੇ ਰੋਜ਼ ਵੀਡੀਓ ਦੋਸਤੋ 8 ਵਜੇ ਆ ਜਾਂਦੀ ਹੈ ਤਾਂ ਜਰੂਰ ਦੇਖਿਆ ਕਰੋ ਅਤੇ ਦੋਸਤੋ ਜੋ ਅਸੀਂ ਅੱਜ ਕਮੈਂਟ ਲਿਆ ਹੈ ਗਗਨਦੀਪ ਐਂਡ ਸਿੰਘ ਐਂਡ ਗਗਨ ਦਾ ਇਹ ਵੀ ਸਾਡੀ ਬਹੁਤ ਟਾਈਮ ਤੋਂ ਪਹਿਲਾਂ ਤੋਂ ਕਈ ਦਿਨਾਂ ਤੋਂ ਰੋਜ਼ ਵੀਡੀਓ ਦੇਖਦੇ ਆ ਰਹੇ ਹਨ ਅਤੇ ਰੋਜ਼ ਇੱਕ ਕਮੈਂਟ ਕਰਦੇ ਹਨ ਸੋਨਾ ਜਿਆ ਤਾਂ ਕਰਕੇ ਇਸ ਦਾ ਅਸੀਂ ਕਮੈਂਟ ਲਿਆ ਹੈ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਹੋਰ ਵੀ ਦੋਸਤੋ ਜੋ ਦਰਸ਼ਕ ਨਵੇਂ ਆਏ ਆ ਉਹਨਾਂ ਨੂੰ ਦੱਸ ਦਗੀ ਕਿ ਅਸੀਂ ਰੋਜ਼ ਇੱਕ ਕਮੈਂਟ ਲੈਣੇ ਹੁੰਦੇ ਆ ਜੋ ਸਾਡੀ ਰੋਜ਼ ਵੀਡੀਓ ਦੇਖਦੇ ਆ ਰਹੇ ਹਨ ਤੇ ਰੋਜ਼ ਕਮੈਂਟ ਕਰਦੇ ਹਨ ਤੇ ਹੋਰ ਵੀ ਦਰਸ਼ਕ ਜੇ ਹਨ ਜੋ ਕਈ ਦਿਨਾਂ ਤੋਂ ਸਾਡੀ ਵੀਡੀਓ ਦੇਖਦੇ ਆ ਰਹੇ ਹਨ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਦੋਸਤੋ ਜੋ ਅੱਜ ਦਾ ਪਹਿਲਾ ਕਬੱਡੀ ਕੱਪ ਹੋਣ ਜਾ ਰਿਹਾ ਹੈ 26 27 28 29 ਅਤੇ 30 ਤਰੀਕ ਨੂੰ ਕਰਵਾਇਆ ਜਾ ਰਿਹਾ ਹੈ ਜੋਖਲਾ ਸ਼੍ਰੀ ਕੰਡਲਜਾਵਸ ਰਾਜਾ ਮਜਾਰਾ ਸਾਹਿਬ ਜ਼ਿਲ੍ਹਾ ਨਗਰ ਦੇ ਵਿੱਚ ਇੱਕ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਅਤੇ ਇੱਥੇ ਦੋਸਤੋ ਅੱਜ 8 ਕਲੱਬਾਂ ਦੇ ਮੈਚ ਹੋਣਗੇ ਅਤੇ ਜੋ ਦੋਸਤੋ 8 ਅਕੈਡਮੀਆ ਦੇ ਅੱਜ ਜੋ ਮੈਚ ਹੋਣ ਜਾ ਰਹੇ ਹਨ ਉਹ ਉਹਨਾਂ ਦਾ ਇਨਾਮਾਂ ਦੀ ਗੱਲ ਕਰੀਏ ਤਾਂ ਪਹਿਲਾ ਇਨਾਮ 71000 ਅਤੇ ਦੂਜਾ ਇਨਾਮ 51000 ਰੁਪਏ ਹੋਵੇਗਾ ਅਤੇ ਬੈਸਟਾਂ ਨੂੰ 40 ਇੰਚ ਦੀ ਸਮਾਰਟ ਐਲਡੀ ਐਲਈਡੀ ਦੇ ਦੇ ਨਾਲ ਸਨਮਾਨ ਕੀਤਾ ਜਾਵੇਗਾ ਅਤੇ ਜੇਕਰ ਦੋਸਤੋ ਜੋ 8 کلبਾਂ ਪੁੱਜਣ ਜਾ ਰਹੀਆਂ ਨੇ ਇੱਥੇ ਉਹਨਾਂ ਦੀ ਗੱਲ ਕਰੀਏ ਜੋ ਦੋਸਤੋ ਪਹਿਲੀ ਟੀਮ ਹੈ ਸ਼ੇਰੇ ਪੰਜਾਬ ਨਿਊਜ਼ੀਲੈਂਡ ਬੀ ਆਫ ਪਲੈਂਟੀ ਨਿਊਜ਼ੀਲੈਂਡ ਫਗਵਾੜੇ ਦੀ ਟੀਮ ਅਤੇ ਕਰੀਹੇ ਦੀ ਟੀਮ ਅਤੇ ਬੀਬੀਐਸ ਰੁੜਕਈ ਦੀ ਟੀਮ ਅਤੇ ਕਬੱਡੀ کلب ਜਗਰਾਉਂ ਤੇ ਹੋਰ ਵੀ ਦੋਸਤੋ ਐਨ ਆਰ ਆਈ ਕਬੱਡੀ کلب ਨਕੋਦਰ ਦੀ ਟੀਮ ਵੀ ਇੱਥੇ ਖੇਡਣ ਜਾ ਰਹੀ ਹੈ ਅਤੇ ਰਾਜਾ ਮਜ਼ਾਰਾ ਦੇ ਮਜ਼ਾਰਾ ਸਾਹਿਬ ਦੀ ਨਾ ਤੇ ਇੱਕ ਟੀਮ ਇੱਥੇ ਬਣ ਰਹੀ ਹੈ ਇਹ ਅੱਠ ਟੀਮਾਂ ਇੱਥੇ ਖੇਡਣ ਜਾ ਰਹੀਆਂ ਹਨ ਅਗਲਾ ਕਬੱਡੀ ਕੱਪ ਹੈ ਜੋ ਦੋਸਤੋ 28 29 ਅਤੇ 30 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ ਕੱਲੂ ਇੱਥੇ ਦੋਸਤੋ ਓਪਨ ਦੇ ਮੈਚ ਹੋਣਗੇ ਅੱਜ ਇੱਥੇ ਵਜਣੀ ਮੈਚ ਕਰਵਾਏ ਜਾ ਰਹੇ ਹਨ ਅੱਜ ਇੱਥੇ ਦੋਸਤੋ 62 ਕਿਲੋ ਤੇ 53 ਕਿਲੋ ਦੇ ਮੈਚ ਹੋਣਗੇ ਲਾਈਵ ਦੀ ਗੱਲ ਕਰੀਏ ਤਾਂ ਤੁਸੀਂ ਲਾਈਵ ਕਬੱਡੀ ਟੀਵੀ ਤੇ ਦੇਖ ਸਕਦੇ ਹੋ ਅਤੇ 62 ਕਿਲੋ ਦਾ ਇਨਾਮ 9100 ਅਤੇ 7100 ਤੇ 53 ਦਾ 400 ਤੇ 340 ਹੋਵੇਗਾ ਅਤੇ ਇੱਥੇ ਦੋਸਤੋ ਚੋਟੀ ਦੀਆਂ ਵਜਣੀ ਟੀਮਾਂ ਅੱਜ ਖੇਡਣ ਜਾ ਰਹੀਆਂ ਹਨ ਅਤੇ ਕਾਲੂ ਇੱਥੇ ਸੁਪਰਸਟਾਰ ਪਲੇਅਰ ਖੇਡਣਗੇ ਅੱਜ ਜੋ ਦੋਸਤੋ ਅਗਲਾ ਕਬੱਡੀ ਕੱਪ ਹੋਣ ਜਾ ਰਿਹਾ ਹੈ 29 ਅਕਤੂਬਰ ਨੂੰ ਪੰਡ ਮੱਲਾ ਬੇਦੀਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਇੱਕ ਵੱਡੀ ਕੱਪ ਹੋਵੇਗਾ ਅਤੇ ਇੱਥੇ ਦੋਸਤੋ ਆਲ ਓਪਨ ਦੇ ਮੈਚ ਹੋਣਗੇ ਆਲ ਓਪਨ ਦੇ ਇਨਾਮਾਂ ਦੀ ਗੱਲ ਕਰੀਏ ਤਾਂ ਪਹਿਲਾ ਇਨਾਮ 61000 ਰੁਪਏ ਦੂਜਾ ਇਨਾਮ 41000 ਰੁਪਏ ਅਤੇ ਬੈਸਟਾਂ ਨੂੰ LED ਦੇ ਨਾਲ ਸਨਮਾਨ ਕੀਤਾ ਜਾਵੇਗਾ ਲਾਈਵ ਦੀ ਗੱਲ ਕਰੀਏ ਤਾਂ ਲਾਈਵ ਦੋਆਬਾ ਲਾਈਵ ਟੀਵੀ ਤੇ ਇਸ ਦਾ ਤੁਸੀਂ ਲਾਈਵ ਦਾ ਆਨੰਦ ਮਾਣ ਸਕਦੇ ਹੋ ਅਤੇ ਦੋਸਤੋ ਇੱਥੇ ਸੱਧੀਆਂ ਹੋਈਆਂ 8 ਕਲੱਬਾਂ ਦੇ ਮੈਚ ਕਰ ਰਿਹਾ ਹੈ ਜਾਣਗੇ ਅੱਜ ਦੇ ਦਿਨ ਦਾ ਜੋ ਦੋਸਤੋ ਲਾਸਟ ਕਬੱਡੀ ਕੱਪ ਹੋਣ ਜਾ ਰਿਹਾ ਹੈ ਦੰਦੂਪੌਰ ਨੇੜੇ ਮੰਡੀ ਮੋੜ ਵਿਖੇ ਇਹ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ 29 ਅਕਤੂਬਰ ਨੂੰ ਇਹ 골ਡ ਕਬੱਡੀ ਕੱਪ ਅੱਜ ਕਰਵਾਇਆ ਜਾ ਰਿਹਾ ਹੈ ਅਤੇ ਜੇਕਰ ਦੋਸਤੋ ਇਸ ਦੇ ਇਨਾਮਾਂ ਦੀ ਗੱਲ ਕਰੀਏ ਤਾਂ ਪਹਿਲਾ ਇਨਾਮ 81000 ਰੁਪਏ ਅਤੇ ਦੂਜਾ ਇਨਾਮ 77000 ਅਤੇ ਬੈਸਟ ਰੇਡਰ ਅਤੇ ਜਾਫੀ ਨੂੰ LCD ਨਾਲ ਸਨਮਾਨ ਕੀਤਾ ਜਾਵੇਗਾ ਅਤੇ ਇੱਥੇ ਦੋਸਤੋ ਸੱਧੀਆਂ ਹੋਈਆਂ 6 ਕਲੱਬਾਂ ਦੇ ਮੈਚ ਕਰਵਾਏ ਜਾਣਗੇ ਲਾਈਵ ਦੀ ਗੱਲ ਕਰੀਏ ਤਾਂ ਲਾਈਵ ਤੋਂ ਕਬੱਡੀ 365.com ਦੇ ਜ਼ਰੀਏ ਦੇਖ ਸਕਦੇ ਹਾਂ ਜੋ 8 ਕਲੱਬਾਂ ਖੇਡਣ ਜਾ ਰਹੀਆਂ ਹਨ ਉਹਨਾਂ ਦੀ ਗੱਲ ਕਰੀਏ ਤਾਂ ਕਿਹੜੀਆਂ-ਕਿਹੜੀਆਂ ਕਲੱਬਾਂ ਅੱਜ ਖੇਡਣ ਰਹੀਆਂ ਹਨ ਇੱਥੇ ਜੋ ਦੋਸਤੋ ਇੱਥੇ ਪਹਿਲੀ ਕਲੱਬ ਪੁੱਜਣ ਜਾ ਰਹੀ ਹੈ ਸੁਰਖਪੁਰ ਦੀ ਅਤੇ ਦੂਜੀ ਕਲੱਬ ਸ਼ਾਹਕੋਟ ਦੀ ਅਤੇ ਤੀਜੀ ਕਲੱਬ ਬੇ ਆਫ ਪਲਾਂਟੀ ਨਿਊਜ਼ੀਲੈਂਡ ਦੀ ਜੋ ਇੱਥੇ ਖੇਡ ਰਹੀ ਹੈ ਅਤੇ ਚੌਥੀ ਕਲੱਬ ਸੈਕਵਰੀਅਜ਼ ਐਸਪੀ ਦੀ ਅਤੇ ਜੋ ਸੱਤਵੀਂ ਕਲੱਬ ਹੈ ਤੋਤਾ ਸਿੰਘ ਵਾਲੇ ਦੀ ਇੱਕ ਵੱਡੀ ਕਲੱਬ ਹੋਵੇਗੀ ਅਤੇ ਬਾਬਾ ਬਿਰੀ ਕਵੱਡੀ ਕਲੱਬ ਮਾਲੂਪੁਰ ਦੀ ਏ ਐਂਡ ਕਲੱਬ ਹੋਵੇਗੀ ਅਤੇ ਇੱਥੇ ਦੋਸਤੋ ਚੋਟੀ ਦੀਆਂ 6 ਕਲੱਬਾਂ ਜੋ ਖੇਡਣ ਜਾ ਰਹੀਆਂ ਹਨ ਜੇ ਤੁਹਾਨੂੰ ਦੇਰੀ ਸੀ ਜੇਕਰ ਦੋਸਤੋ ਪਲੇਅਰਾਂ ਦੀ ਗੱਲ ਕਰੀਏ ਜੋ ਇੱਥੇ ਪਲੇਅਰ ਖੇਡਣ ਜਾ ਰਹੇ ਹਨ ਫੂਲਾ ਸ਼ੂਸ਼ਕ ਸੁਲਤਾਨ ਸ਼ਮਸ਼ਪੁਰ ਅਤੇ ਸੱਤੂ ਖਡੂਰ ਸਾਹਿਬ ਯਾਦਾ ਸੁਰਖਪੁਰ ਤਾਜਾ ਕਾਲੇ ਸੰਗੀਆਂ ਜੋਦਾ ਸੁਰਖਪੁਰ ਅਤੇ ਨਾੜ ਚੋੜ ਛਪਾਰ ਵਾਲਾ ਦੀਪ ਦਵਰਜੀ ਵਾਲਾ ਵੀ ਐਕਸ਼ਨਾਂ ਦੀ ਮਸ਼ੀਨ ਇੱਥੇ ਖੇਡਣ ਜਾ ਰਿਹਾ ਹੈ ਚਿਰਾਗਦੀਨ ਮਈਆਂ ਵਾਲਾ ਅਤੇ ਦੀਸ਼ਾ ਆਲੋ ਵਾਲ ਢੇਰੀਆਂ ਵਾਲਾ ਅਤੇ ਬੰਟੀ ਟਿੱਬੇ ਵਾਲਾ ਗੁਲਦਾਰੀ ਸੁੰਨੜ ਉਹ ਵੀ ਇੱਥੇ ਖੇਡਣ ਜਾ ਰਿਹਾ ਹੈ ਤੋਂ ਫਰਿਆਦ ਅਤੇ ਇੰਦਰਜੀਤ ਦਾ ਕਨਫਰਮ ਨਹੀਂ ਫਰਿਆਦ ਦੇ ਥੋੜੀ ਸੱਟ ਲੱਗੀ ਹੈ ਤਾਂ ਕਰਕੇ ਉਹ ਨਹੀਂ ਖੇਡ ਰਿਹਾ ਹਜੇ ਤੇ ਜੱਗੂ ਹਾਕਮ ਵਾਲਾ ਵੀ ਬਹੁਤ ਲੋਕ ਕਮੈਂਟ ਵਿੱਚ ਪੁੱਛਦੇ ਹਨ ਤਾਂ ਉਸ ਦੀ ਸਾਨੂੰ ਇਨਫੋਰਮੇਸ਼ਨ ਅੱਜ ਨਹੀਂ ਮਿਲੀ ਦੋਸਤੋ ਵੀਡੀਓ ਨੂੰ ਐਂਡ ਤੱਕ ਜੋ ਹਜੇ ਵੀ ਦੇਖੀ ਜਾ ਰਹੇ ਹਨ ਉਹਨਾਂ ਨੂੰ ਦੱਸ ਦਈਏ ਕਿ ਸਾਡੇ ਇੱਕ ਗਰੁੱਪ ਬਣਾਇਆ ਵਾਟਸਐਪ ਗਰੁੱਪ ਡਿਸਕ੍ਰਿਪਸ਼ਨ ਚ ਲਿੰਕ ਦਿੱਤਾ ਤੁਸੀਂ ਉਸ ਨੂੰ ਜੁਆਇਨ ਕਰ ਸਕਦੇ ਹੋ ਜਿਸ ਵਜ੍ਹਾ ਅਸੀਂ ਪੋਸਟਾਂ ਪਾਉਂਦੇ ਹਾਂ ਕਿ ਕਿਹੜੇ ਕਿਹੜੇ ਪਲੇਅਰ ਖੇਡਣ ਜਾ ਰਹੇ ਹਨ ਇਨਫਰਮੇਸ਼ਨ ਦਿੰਦੇ ਹਾਂ 12 1 ਵਜੇ ਤੇ ਦੋਸਤੋ ਜੇਕਰ ਤੁਹਾਡੇ ਕੋਲ ਕੋਈ ਵੀ ਪੋਸਟਰ ਪਿਆ ਆਉਣ ਵਾਲੇ ਕਬੱਡੀ ਕੱਪ ਦਾ ਤੁਸੀਂ ਸਾਨੂੰ ਵਾਟਸਐਪ ਗਰੁੱਪ ਜੋ ਬਣਾਇਆ ਹੋਇਆ ਉਸ ਨੂੰ ਜੁਆਇਨ ਕਰਕੇ ਉਸ ਵਿੱਚ ਗਰੁੱਪ ਵਿੱਚ ਤੁਸੀਂ ਪੋਸਟਰ ਭੇਜ ਸਕਦੇ ਹੋ ਤੇ ਇਸ ਹੀ ਦੋਸਤੋ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਧੰਨਵਾਦ